ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅੱਜ ਆਪਾਂ ਬਹੁਤ ਹੀ ਚਟਪਟੀ ਕਚਾਲੂਆਂ ਦੀ ਚਾਟ ਬਣਾ ਕੇ ਤਿਆਰ ਕਰਾਂਗੇ, ਜਿਹੜੀ ਕਿ ਬੜੀ ਜਲਦੀ ਬਣ ਜਾਂਦੀ ਹੈ ਅਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ। ਚਲੋ ਜੀ, ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ। ਇਹ ਮੇਰੇ ਕੋਲ ਚਾਰ ਕਚਾਲੂ ਨੇ, ਇਹਨਾਂ ਨੂੰ ਮੈਂ 3-4 ਵਿਸਲਾਂ ਲਵਾ ਕੇ ਕੁੱਕਰ 'ਚੋਂ ਉਬਾਲ ਲਿਆ ਅਤੇ ਹੁਣ ਇਹ ਠੰਡੇ ਹੋ ਗਏ ਨੇ। ਹੁਣ ਆਪਾਂ ਇਹਨਾਂ ਨੂੰ ਛਿੱਲ ਕੇ ਤਿਆਰ ਕਰਦੇ ਹਾਂ। ਜਦੋਂ ਵੀ ਤੁਸੀਂ ਚਾਟ ਬਣਾਉਣੀ ਹੈ, ਕਚਾਲੂਆਂ ਨੂੰ ਪਹਿਲੇ ਠੰਡਾ ਕਰ ਲੈਣਾ, ਇਹਨੂੰ ਇਸ ਤਰ੍ਹਾਂ ਇੱਧਰਾਂ ਦੋਨਾਂ ਸਾਈਡਾਂ ਤੋਂ ਕੱਟ ਲੈਣਾ ਹੈ ਅਤੇ ਫਿਰ ਇਹਦਾ ਇਸ ਤਰ੍ਹਾਂ ਛਿਲਕਾ ਉਤਾਰ ਲੈਣਾ ਹੈ। ਕਚਾਲੂਆਂ ਨੂੰ ਆਪਾਂ ਛਿੱਲ ਕੇ ਤਿਆਰ ਕਰ ਲਿਆ, ਹੁਣ ਆਪਾਂ ਇਹਨਾਂ ਨੂੰ ਕੱਟਦੇ ਹਾਂ। ਇਹਨਾਂ ਨੂੰ ਇਸ ਤਰ੍ਹਾਂ ਆਪਾਂ ਬੜੇ ਬਰੀਕ ਜਿਹਾ ਕੱਟਣਾ ਹੈ, ਨਾ ਮੋਟਾ ਨਾ ਬਰੀਕ, ਇਸ ਤਰ੍ਹਾਂ ਕੱਟ ਲੈਣਾ ਹੈ। ਕਚਾਲੂ ਅਰਬੀ ਵਾਂਗ ਹੁੰਦੇ ਨੇ, ਇਹਦੀ ਚਾਟ ਬਹੁਤ ਵਧੀਆ ਲੱਗਦੀ ਹੈ। ਜਦੋਂ ਵੀ ਕੁਛ ਚਟਪਟਾ ਖਾਣਾ ਹੋਵੇ ਇਹਨਾਂ ਨੂੰ ਉਬਾਲੋ ਅਤੇ ਬਸ 5 ਮਿੰਟਾਂ ਵਿੱਚ ਆਪਣੀ ਚਾਟ ਬਣ ਕੇ ਬਿਲਕੁਲ ਰੈਡੀ ਹੋ ਜਾਂਦੀ ਹੈ। ਕਚਾਲੂਆਂ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਅਤੇ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਇਹ ਵਾਲੀ ਇਮਲੀ, ਇਹਨੂੰ ਮੈਂ 1/2 ਘੰਟਾ ਪਹਿਲਾਂ ਭਿਉਂ ਕੇ ਇਹਨੂੰ ਛਾਣ ਲਿਆ ਹੈ। ਬਸ ਇਹ 2-3 ਚਮਚੇ ਪਾਵਾਂਗੇ। ਹੁਣ ਇਹਦੇ ਵਿੱਚ 1/2 ਚਮਚਾ ਕੁੱਟੀ ਹੋਈ ਕਾਲੀ ਮਿਰਚ, 1/2 ਚਮਚਾ ਧਨੀਆ ਪਾਊਡਰ, ਅੱਧਾ ਚਮਚਾ ਦੇਗੀ ਮਿਰਚ, 1/2 ਚਮਚਾ ਚਿੱਲੀ ਫਲੈਕਸ। ਇਸ ਦੇ ਨਾਲ ਇਹਦੇ ਵਿੱਚ ਕੱਟਿਆ ਹੋਇਆ ਬਰੀਕ ਧਨੀਆ, ਨਾਲ ਇੱਕ ਪਿਆਜ਼ ਆਪਸ਼ਨਲ ਹੈ। ਜੇ ਤੁਹਾਨੂੰ ਇਹਨਾਂ ਦੇ ਵਿੱਚ ਪਿਆਜ਼ ਦਾ ਟੇਸਟ ਪਸੰਦ ਹੈ ਤਾਂ ਤੁਸੀਂ ਪਾਓ, ਜੇ ਨਹੀਂ ਪਾਉਣਾ ਤਾਂ ਨਹੀਂ ਪਾਓ। ਇਸ ਤੋਂ ਬਿਨਾਂ ਵੀ ਇਹ ਚਾਟ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ। 3-4 ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਕੇ 1 ਨਿੰਬੂ ਦਾ ਰਸ, 1/2 ਨਿੰਬੂ ਨੂੰ ਮੈਂ ਲਿਆ ਸੀ, ਉਹਦਾ ਰਸ ਨਿਚੋੜਾਂਗੇ। ਅੱਧੇ ਚਮਚੇ ਤੋਂ ਘੱਟ ਸੇਂਦਾ ਨਮਕ ਪਾਇਆ ਮੈਂ ਅਤੇ ਬਿਲਕੁਲ ਥੋੜ੍ਹਾ ਜਿਹਾ ਕਾਲਾ ਨਮਕ। ਇਹਨੂੰ ਹੁਣ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਮਿਲਾ ਲਓ। ਦੇਖੋ ਕਿੰਨੀ ਸੋਹਣੀ ਆਪਣੀ ਚਾਟ ਬਣ ਕੇ ਤਿਆਰ ਹੁੰਦੀ ਹੈ। ਇਹਨੂੰ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਲਓ ਜੀ, ਆਪਣੀ ਬਹੁਤ ਹੀ ਟੇਸਟੀ ਚਟਪਟੀ ਕਚਾਲੂਆਂ ਦੀ ਚਾਟ ਬਣ ਕੇ ਬਿਲਕੁਲ ਰੈਡੀ ਹੈ। ਹੁਣ ਕਰਦੇ ਹਾਂ ਜੀ ਇਹਨੂੰ ਆਪਾਂ ਸਰਵ। ਹਲਕਾ ਜਿਹਾ ਉੱਤੇ ਆਪਾਂ ਚਾਟ ਮਸਾਲਾ ਛਿੜਕਾਂਗੇ, ਜਿਹਦੇ ਨਾਲ ਇਹਦਾ ਟੇਸਟ ਹੋਰ ਵੀ ਵੱਧ ਜਾਏਗਾ। ਲਓ ਜੀ, ਆਪਣੀ ਬਹੁਤ ਹੀ ਚਟਪਟੀ ਕਚਾਲੂਆਂ ਦੀ ਚਾਟ ਬਣ ਕੇ ਬਿਲਕੁਲ ਰੈਡੀ ਹੈ, ਜਿਹੜੀ ਕਿ ਖਾਣ ਵਿੱਚ ਬਹੁਤ ਜ਼ਿਆਦਾ ਹੀ ਟੇਸਟੀ ਹੈ, ਫਟਾਫਟ ਬਣ ਕੇ ਤਿਆਰ ਹੁੰਦੀ ਹੈ। ਲਓ ਜੀ, ਆਪਣੀ ਕਚਾਲੂਆਂ ਦੀ ਬਹੁਤ ਹੀ ਚਟਪਟੀ ਚਾਟ ਬਣ ਕੇ ਬਿਲਕੁਲ ਰੈਡੀ ਹੈ। ਸਿਰਫ ਥੋੜ੍ਹਾ ਟਾਈਮ ਲੱਗਾ ਕਿ ਜਦੋਂ ਆਪਾਂ ਕਚਾਲੂ ਉਬਾਲਣੇ ਨੇ ਅਤੇ ਉਹਨਾਂ ਨੂੰ ਠੰਡਾ ਕਰਨਾ ਹੈ। ਜੇਕਰ ਆਪਾਂ ਕਚਾਲੂ ਪਹਿਲਾਂ ਹੀ ਉਬਾਲ ਕੇ ਰੱਖੇ ਹੋਣ ਤਾਂ ਆਪਣੀ ਇਹ ਚਾਟ 5 ਮਿੰਟਾਂ 'ਚ ਬਣ ਕੇ ਰੈਡੀ ਹੋ ਜਾਂਦੀ ਹੈ। ਜਦੋਂ ਵੀ ਕੁਛ ਚਟਪਟਾ ਖਾਣ ਨੂੰ ਮਨ ਕਰੇ ਤਾਂ ਇਹਨੂੰ ਬਣਾ ਕੇ ਤੁਸੀਂ ਖਾ ਸਕਦੇ ਹੋ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਇਹਨਾਂ ਦਾ ਟੇਸਟ ਕਿਵੇਂ ਦੀ ਬਣੀ ਹੈ ਆਪਣੀ ਚਾਟ। ਆਹ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਚਾਟ। ਦੇਖੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਇਹਦਾ ਟੇਸਟ ਕਿਵੇਂ ਦੀ ਬਣੀ ਹੈ ਆਪਣੀ ਚਾਟ। ਬਹੁਤ ਜ਼ਿਆਦਾ ਚਟਪਟੀ ਟੇਸਟੀ, ਖਾ ਕੇ ਮਜ਼ਾ ਹੀ ਆ ਗਿਆ। ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।